सजे जिन प्रभु जान पछाणिया दान
पछाण बहुत जरूरी है क्योंकि इन्हां दा एक दूजे नाल संबंध है। अपने आप नू पछाणना मैं की मसला सी। दो हफ्ते आपां करीब इस ते लाए जिवें दुनिया दा हर मनुख जिथे खलोता है उथे अपने आप नू पछाणे। जो कुछ लोग उस समझते हैं जो जो कुछ वो अपने आप को समझता है कि वो है उसका टॉपिक से सो बोरा जो आप ना पछाने। अपने आप को पछाड़ना बहुत सब तो बड़ी जिहड़ी परेशानी इस समय की है वो है अपने आप ने ना पछाणना बल्कि अपने आप ते पड़दे पाउणा। मनुख अपने आप ते पड़दे पाउणा है ताकि जो कुछ मैं हाँ किसी नूं पता ना लग जाए। इसलिए पहला दो हफ्ते अपने इस टॉपिक रखा कि अपने आप की पछाण। उस तो अगला मसला सी गुरु की पछाण जिंदा सिद्धा संबंध अपने आप नाल है। गुरु ने सानू आपे की पछाण भी करवानी ते जे कुछ बदलना है जे कुछ चेंज लियानी है असी अपने आप विच तो वो भी गुरु दे राही हो जीवन दे रस्ते बदलते ने सुभाव बदलते ने बोलियां बदलदियां ने मनुख दे करतव बदलते ने वो सब कुछ गुरु नाल संबंधित ने। इसलिए फिर मसला सी भी गुरु की पछाण भी बहुत जरूरी है क्योंकि जो जहा गुरु होवे उहदी मनुख का सुभाव बदलेगा। गुरु बाणी विच भी आ दिता काचे गुरते मुक्त ना हुआ। इसलिए अज का दुखांत दूजा यह सी कि मनुख नूं गुरु की पछाण नहीं। ਐਗਜ਼ਾਂਪਲ ਵਜੋਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ। ਹਰ ਕੋਈ ਕਹਿ ਦਿੰਦਾ ਤੇਰਾ ਗੁਰੂ ਕੌਣ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਬੜੇ ਦੁਆਰਫੀ ਜੋ ਆਪਣੇ ਇਹਦੇ ਵਿੱਚ ਕੋਈ ਦੋ ਰਹਿ ਨਹੀਂ। ਕਿਸੇ ਸਿੱਖ ਕੋਲੋਂ ਪੁੱਛੋ ਅਖਵਾਨ ਵਾਲੇ ਸਿੱਖ ਕੋਲੋਂ ਕੋਈ ਜ਼ਰੂਰੀ ਨਹੀਂ ਸਿੱਖ ਹੋਵੇ ਪਰ ਸਿੱਖ ਅਖਵਾਨ ਦਾ ਹੋਵੇ ਉਹਦੇ ਕੋਲੋਂ ਪੁੱਛੋ ਵੀ ਤੇਰਾ ਗੁਰੂ ਕੌਣ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ। ਤੇ ਮੈਂ ਇੱਕ ਵਾਰ ਕੀਤੀ ਸੀ ਬਹੁਤ ਦੇਰ ਹੋ ਗਈ ਤੇ ਇੱਕ ਐਗਜ਼ਾਂਪਲ ਦਿੱਤੀ ਸੀ ਕਿਸੇ ਗੀਤਕਾਰ ਨੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਇਹ ਗੀਤ ਬਣਾਇਆ ਸੀ 300 ਸਾਲ ਗੁਰੂ ਦੇ ਨਾਲ ਤੇ ਮੈਂ ਉਸ 'ਤੇ ਇੱਕ ਵਿਅੰਗ ਕਰਦੇ ਹੋਇਆ ਇੱਕ ਗੱਲ ਕਹੀ ਸੀ ਭਰਿਆ 2 ਘੰਟੇ
ਕਿਸੇ ਟ੍ਰੇਨ ਵਿੱਚ ਹਵਾਈ ਜਹਾਜ਼ ਵਿੱਚ ਕਿਸੇ ਦੇ ਨਾਲ ਦੀ ਸੀਟ 'ਤੇ ਬੈਠ ਕੇ ਸਫ਼ਰ ਕਰ ਲਈਏ ਅਸੀਂ ਉਹਨੂੰ ਦੋਸਤ ਬਣਾ ਲੈਂਦੇ ਪੁੱਛੀਦਾ ਤੂੰ ਕਿੱਥੋਂ ਆਇਆ ਤੇਰਾ ਕਾਰੋਬਾਰ ਕੀ ਹੈ ਪਰਿਵਾਰ ਕਿਤਨਾ ਹੈ ਪੁੱਛਦਾ ਸ਼ੁਰੂ ਹੋ ਜਾਂਦੀ ਹੈ ਕਈ ਵਾਰੀ ਇੰਨੀ ਨੇੜਤਾ ਹੁੰਦੀ ਹੈ ਇੱਕ ਦੂਜੇ ਨਾਲ ਐਡਰੈਸ ਵੀ ਸਾਂਝੇ ਕਰ ਲੈਂਦੇ ਅਤੇ ਮੈਂ ਅਰਜ਼ ਕੀਤੀ ਸੀ ਦੋ ਚਾਰ ਘੰਟੇ ਬਾਅਦ ਆਪਣੇ ਆਪਣੇ ਸਟੇਸ਼ਨ 'ਤੇ ਹਰ ਕੋਈ ਉੱਤਰ ਜਾਂਦਾ ਅਤੇ ਜੇ ਕਦੀ ਦੋ ਚਾਰ ਮਹੀਨਿਆਂ ਬਾਅਦ ਹੀ ਉਹ ਆਪਸ ਵਿੱਚ ਕਿਤੇ ਫਿਰ ਮਿਲ ਪੈਣ ਅਤੇ ਉਹਨਾਂ ਦਾ ਪਹਿਲਾ ਸਵਾਲ ਇਹ ਹੁੰਦਾ ਤੂੰ ਮੈਨੂੰ ਪਛਾਣਿਆ ਸਵਾਲ ਹੁੰਦਾ ਤੂੰ ਮੈਨੂੰ ਪਛਾਣਿਆ ਅਤੇ ਜੇ ਉਹ ਦੋ ਕੁ ਮਿੰਟ ਲਾ ਦੇਵੇ ਯਾਦ ਕਰਦੇ ਆ ਤਾਂ ਉਹਨੂੰ ਇੱਕ ਤਰ੍ਹਾਂ ਦਾ ਇਹ ਵੀ ਆਪਣੀ ਨਿਰਾਦਰੀ ਨਜ਼ਰ ਆਉਂਦੀ ਵੀ ਗੱਲ ਅਸੀਂ ਦੋ ਘੰਟੇ ਸਫ਼ਰ ਇਕੱਠਿਆ ਕੀਤਾ ਇੱਕ ਦੂਜੇ ਨਾਲ ਨੇੜਤਾ ਵੀ ਅਜੇ ਮੈਨੂੰ ਅੱਜ ਮੈਨੂੰ ਪਛਾਣਦਾ ਹੀ ਨਹੀਂ ਕਿਉਂ ਕਿਉਂਕਿ ਉਹ ਆਸ ਰੱਖਦਾ ਹੈ ਵੀ ਜਿਹਨੂੰ ਮੈਂ ਇੱਕ ਵਾਰੀ ਮਿਲਿਆ ਦੋ ਘੰਟੇ ਇਕੱਠੇ ਬਿਤਾਏ ਨੇ ਉਹ ਮੈਨੂੰ ਜ਼ਰੂਰ ਪਛਾਣੇ ਭੁੱਲੇ ਨਾ ਮਿਹਨਤ ਕੀਤੀ ਸੀ ਉਦੋਂ ਪਰ ਰਿਹਾ ਜੇ ਦੋ ਘੰਟੇ ਦੇ ਮਿਲਣ ਵਾਲਾ ਤੇਰੇ ਕੋਲੋਂ ਇਹ ਆਸ ਰੱਖਦਾ ਹੈ ਕਿ ਤੂੰ ਉਹਨੂੰ ਪਛਾਣ ਲੈ ਜਦੋਂ ਮਿਲੇ ਉਦੋਂ ਪਛਾਣ ਲੈ ਅਤੇ ਮੈਂ ਕਿਹਾ ਤੂੰ ਰੋਜ਼ ਪੜ੍ਹ ਰਿਹਾ 300 ਸਾਲ ਗੁਰੂ ਦੇ ਨਾਲ 300 ਸਾਲ ਗੁਰੂ ਦੇ ਨਾਲ ਥੋੜ੍ਹੇ ਨਹੀਂ ਦੋ ਚਾਰ ਘੰਟੇ ਨਹੀਂ ਅਤੇ ਜਿਸ ਗੁਰੂ ਦੇ ਨਾਲ ਤੂੰ 300 ਸਾਲ ਆਖ ਰਿਹਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਤੂੰ ਅੱਜ ਗੁਰੂ ਨੂੰ ਪਛਾਣਨਾ ਇਹ ਭਲਾ ਗੁਰੂ ਤੇ ਇੱਕ ਸਵਾਲ ਕਰੇ ਮੈਨੂੰ ਪਛਾਣ ਲੇ ਅਜੇ ਤੱਕ ਤਾਂ ਤੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਮੂਲ ਮੰਤਰ ਨਹੀਂ ਪਛਾਣ ਸਕਿਆ ਜੇ ਪਛਾਣ ਲੈਂਦੋ ਤੇਰਾ ਝਗੜਾ ਹੀ ਨਾ ਹੁੰਦਾ ਬਾਕੀ ਬਾਣੀ ਤਾਂ ਕਿਤੇ ਰਹਿ ਗਈ ਬਾਕੀ ਖਿਆਲ ਤਾਂ ਕਿਤੇ ਰਹਿ ਗਏ ਮੂਲ ਮੰਤਰ ਤਾਂ ਆਰਾਮ ਬੈਠਾ ਉਹਦੀ ਵੀ ਸਾਨੂੰ ਪਛਾਣ ਕੋਈ ਨਹੀਂ ਅਜੇ ਤੱਕ ਅਸੀਂ ਇਹ ਵੀ ਫੈਸਲਾ ਕਰ ਪਾ ਰਹੇ ਆਪਣੀ ਕਮਿਊਨਿਟੀ ਵਿੱਚ ਕਿ ਮੂਲ ਮੰਤਰ ਕਿੱਥੋਂ ਤੱਕ ਹੈ ਕੀ ਪਛਾਣ ਹੋ ਗਈ ਪਰ ਇੱਕ ਖਿਆਲ ਕਰਿਓ ਦੂਜਾ ਸਾਡਾ ਦੂਜੀ ਵਾਰ ਦਾ ਇਹ ਮਸਲਾ ਸੀ ਕਿ ਅਸੀਂ ਗੁਰੂ ਦੀ ਪਛਾਣ ਕਰੀਏ ਕਿਉਂ ਕਿਉਂਕਿ ਗੁਰੂ ਨੇ ਹੀ ਸਾਡੇ ਜੀਵਨ ਨੂੰ ਪ੍ਰਤੀਕ ਦੇਣੇ ਅਤੇ ਉਹਦੇ ਮਤਲਬ ਸੀ ਕਿ ਰੱਬ ਨੇ ਕੇਵਲ ਜਨਮ ਦਿੱਤਾ ਹੈ ਜੀਵਨ ਦਿੱਤਾ ਹੈ ਉਹਨੇ ਜੀਵਨ ਨੂੰ ਕੋਈ ਤਰਤੀਬ ਨਹੀਂ ਦਿੱਤੀ ਕੁਝ ਵੀ ਨਹੀਂ ਸਿਖਾਇਆ ਸਭ ਕੁਝ ਮਨੁੱਖ ਨੂੰ ਇੱਥੇ ਆ ਕੇ ਸਿੱਖਣਾ ਪੈਂਦਾ ਹੈ ਰੱਬ ਨੇ ਤਾਂ ਕੇਵਲ ਪੈਦਾ ਕਰ ਦਿੱਤਾ ਹੈ ਉਹ ਸਿਰਜਣ ਵਾਲਾ ਹੈ ਸਵਾਰਨ ਵਾਲਾ ਨਹੀਂ ਮਿਹਨਤ ਕੀਤੀ ਸੀ ਜਿਹਨੇ ਸਾਨੂੰ ਸਵਾਰਿਆ ਹੈ ਜਿਹਦੀ ਸਾਨੂੰ ਹਰ ਕਦਮ 'ਤੇ ਹਰ ਮੋੜ 'ਤੇ ਲੋੜ ਹੈ ਵੀ ਅਗਰ ਕਿਹੜੇ ਰਸਤੇ ਜਾਣਾ ਹੈ ਪੁੱਛੀ ਗੁਰੂ ਕੋਲੋਂ ਸਤਿਗੁਰ ਪੁੱਛਣਾ ਮਾਰਗ ਚਾਲੀ ਸੁੱਤੀ ਰਹਿਣ ਬਿਹਾਨੀ ਹੋ ਜਾਏਗੀ ਉਸ ਗੁਰੂ ਦੀ ਸਾਨੂੰ ਪਛਾਣ ਨਾ ਹੋਵੇ ਦੂਜਾ ਮਸਲਾ ਇਸ ਕਿ ਆਪਣੇ ਆਪ ਦੀ ਪਛਾਣ ਤੋਂ ਬਾਅਦ ਗੁਰੂ ਦੀ ਪਛਾਣ ਅਤੇ ਤੀਜਾ ਇਹ ਖਿਆਲ ਸੀ ਵੀ ਜਿੱਥੋਂ ਸ਼ੁਰੂ ਹੋਇਆ ਅਸੀਂ ਗੁਰੂ ਵੀ ਉਹਦੇ ਨਾਲ ਸੰਬੰਧ ਰੱਖਦਾ ਉਹਦੇ ਨਾਲ ਉਹਨਾਂ ਦੀ ਰਹਿਮਤ ਆਉਂਦੀ ਤਾਂ ਗੁਰੂ ਮਿਲਦਾ ਅਤੇ ਉਹਦੀ ਰਹਿਮਤ ਉਹਦੀ ਮਰਜ਼ੀ ਹੁੰਦੀ ਹੈ ਤਾਂ ਸਾਡਾ ਜਨਮ ਹੁੰਦਾ ਇਹਦਾ ਮਤਲਬ ਕੋਈ ਤੀਜੀ ਹੋਰ ਸ਼ਕਤੀ ਹੈ ਜਿੱਥੋਂ ਸ਼ੁਰੂ ਹੋਇਆ ਅਤੇ ਮੈਂ ਕੀਤੀ ਸੀ ਤੀਜਾ ਸਾਡਾ ਮਸਲਾ ਹੈ ਹੁਣ ਰੱਬ ਦੀ ਪਛਾਣ ਜਿਹੜਾ ਬਹੁਤ ਜ਼ਰੂਰੀ ਅੱਜ ਆਪਣਾ ਟੋਪਿਕ ਜਿਹੜਾ ਪਹਿਲੇ ਦਿਨ ਦਾ ਰੱਬ ਹੈ ਵੈਸੇ ਕਿਉਂਕਿ ਰੱਬ ਮਹਾਨ ਹੈ ਵੱਡਾ ਹੈ ਉਹਦੀ ਵਡਿਆਈ ਦਾ ਥਾਂ ਕੋਈ ਨਹੀਂ ਇਸ ਲਈ ਹੋ ਸਕਦਾ
ਆਪਾਂ ਨੂੰ ਇਹਦੇ ਉੱਤੇ ਵੀ ਘੱਟੋ ਘੱਟ ਦੋ ਹਫ਼ਤੇ ਲਾਉਣੇ ਪੈਣੇ ਰੱਬ ਦੀ ਪਿੱਛੇ, ਕਿਉਂਕਿ ਆਖਿਰ ਤਾਂ ਜਿੰਨਾ ਧਰਮ ਕਰਮ ਹੈ, ਜਿੰਨਾ ਪ੍ਰਮਾਣਿਤ ਹੈ, ਉਹ ਸਾਰਾ ਅਕਾਲ ਪੁਰਖ ਰੱਬ ਨਾਲ, ਪਰਮੇਸ਼ਵਰ ਦੇ ਲਫ਼ਜ਼ ਨਾਲ ਹੀ ਜੁੜਿਆ ਹੋਇਆ। ਅੱਜ ਆਪਣਾ ਇੱਟਾ ਪੱਕੇ, ਹੁਣ ਜ਼ਰਾ ਆਪਾਂ ਉਸ ਅਕਾਲ ਪੁਰਖ ਦੀ ਗੱਲ ਸ਼ੁਰੂ ਕਰੀਏ। ਗੁਰਬਾਣੀ ਵਿੱਚੋਂ ਕਹਿੰਦੇ ਨੇ, ਤੈਨੂੰ ਮੈਂ ਉਹਦੀ ਪਛਾਣ ਸਮਝਾ ਲਿਆ, ਮੈਨੂੰ ਪਤਾ ਆਰੰਭ ਹੋ ਗਏ ਕੀ ਤੂੰ ਆਦਿ ਪੁਰਖ। ਲਓ ਪਹਿਲਾ ਲਫ਼ਜ਼, ਕਿਉਂਕਿ ਮੈਂ ਇਸੇ ਲਈ ਕਿਹਾ ਸਾਨੂੰ ਇੱਥੇ ਟਾਈਮ ਜ਼ਿਆਦਾ ਲੱਗਣਾ। ਹੁਣ ਪਹਿਲਾ ਲਫ਼ਜ਼, ਪਹਿਲੀ ਉਹਦੀ ਨਿਸ਼ਾਨੀ ਕੀ ਹੈ? ਦਾ ਮਤਲਬ ਹੁੰਦਾ ਹੈ ਰੱਬ, ਸਭ ਤੋਂ ਪਹਿਲਾਂ ਜਦੋਂ ਹੋਰ ਕੁਝ ਨਹੀਂ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਹੀ ਇੱਕ ਪੌੜੀ ਜਿਹਦੇ ਲਫ਼ਜ਼ ਨੇ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਸਵੈਭੰਦ ਦਾ ਅਰਥ ਵੀ ਮੂਲ ਮੰਤਰ ਦੇ ਵਿੱਚ ਜਿਹੜੀ ਰੱਬ ਦੀਆਂ ਨਿਸ਼ਾਨੀਆਂ ਨੇ ਉੱਥੇ ਵੀ ਸਵੈਭੰਦ, ਆਪਣੇ ਆਪ। ਸਵੈ ਦਾ ਮਤਲਬ ਹੁੰਦਾ ਹੈ ਆਪ, ਆਪਣੇ ਆਪ। ਇਹ ਕੰਮ ਮੈਂ ਸਵੈ ਕਰਨਾ, ਸਵੈ ਦਾ ਮਤਲਬ ਹੁੰਦਾ ਆਪ। ਆਪਣੇ ਆਪ ਤੋਂ ਆਪ ਪੈਦਾ ਹੋਇਆ, ਉਦੋਂ ਹੋਰ ਤੇ ਕੁਝ ਹੈ ਹੀ ਨਹੀਂ ਸੀ, ਤੇ ਹੁਣ ਉਹਨੇ ਕੁਦਰਤ ਸੰਸਾਰ ਸਾਜਣਾ, ਸਾਨੂੰ ਤੁਹਾਨੂੰ ਸਾਜਣਾ। ਉਹਦੇ ਲਈ ਭਲਾ ਕੋਈ ਡਿਜ਼ਾਈਨ ਕਰਨ ਵਾਸਤੇ, ਕੋਈ ਮਰਿਆਦਾ ਬਣਾਉਣ ਵਾਸਤੇ, ਕੋਈ ਨਿਯਮ ਬਣਾਉਣ ਵਾਸਤੇ ਕਿਵੇਂ ਸਾਜਣਾ ਹੈ? ਕਿਸ ਮਾਤਾ ਪਿਤਾ ਨੂੰ ਕੀ ਹੱਕ ਦੇਣੇ ਨੇ? ਉਹਨਾਂ ਵਿੱਚ ਬੀਜ ਰੂਪ ਕਿਵੇਂ ਰੱਖਣਾ ਹੈ? ਕਿੰਨੇ ਵਰ੍ਹਿਆਂ ਬਾਅਦ, ਕਿੰਨੀ ਦੇਰ ਬਾਅਦ, ਕਿੰਨੇ ਮਹੀਨਿਆਂ ਬਾਅਦ ਇਸ ਬੱਚੇ ਨੇ ਜਨਮ ਲੈਣਾ? ਇਹ ਆਖਰ ਤਾਂ ਸਾਰੇ ਨਿਯਮ ਨੇ ਨਾ। ਸੰਸਾਰ ਨੂੰ ਬਣਾਉਣ ਲੱਗਿਆ ਪ੍ਰਭੂ ਨੇ ਇੰਨੇ ਨਿਯਮ, ਕਦੀ ਸੰਸਾਰ ਦੀ ਪ੍ਰਕਿਰਤੀ ਦੇ ਨਿਯਮਾਂ ਵੱਲ ਦੇਖੀਏ ਤੇ ਹੈਰਾਨ ਹੋ ਜਾਈਏ। ਸਮਾਂ ਇਸ ਲਈ ਹੁਣ ਪ੍ਰਕਿਰਤੀ ਕੋਈ ਛੋਟੀ ਨਹੀਂ, ਚੰਦਰਮਾ ਹੈ, ਸੂਰਜ ਹੈ, ਉਹਨਾਂ ਨੂੰ ਕੌਣ ਚਲਾ ਰਿਹਾ? ਭੈ ਵਿੱਚ ਪੌਣ ਹੋਇਆ ਸਦੋਂ, ਭੈ ਵਿੱਚ ਲਖ ਪਿਆ, ਭੈ ਵਿੱਚ ਅਗਨ ਕੱਢਿਆ ਪੇਗਾ, ਭੈ ਵਿੱਚ ਧਰਤੀ ਦੱਬੀ। ਇਹ ਸਾਰਾ ਨਿਯਮਬੱਧ ਇੱਕ ਸੰਸਾਰ ਹੈ ਤੇ ਰਚਨਹਾਰੇ ਨੇ ਰਚਿਆ ਤੇ ਉਹ ਹੈ ਇਕੱਲਾ। ਅਗਲੇ ਪਾਸੇ ਦਾ ਲਫ਼ਜ਼ ਪੜ੍ਹਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਰੱਬ ਦੀ ਪਛਾਣ ਦੇ ਰਹੇ ਨੇ, ਕਹਿੰਦੇ ਨੇ ਸਲਾਹ ਮਸ਼ਵਰਾ। ਗੁਰਬਾਣੀ ਦੇ ਲਫ਼ਜ਼ ਕਿਹੜੇ ਖੂਬਸੂਰਤ! ਮਤਾ ਮਸੂਰਤ ਦਾ ਅਖਰੀ ਅਰਥ ਹੈ ਸਲਾਹ ਮਸ਼ਵਰਾ, ਤੇ ਜਦੋਂ ਕੋਈ ਵੱਡਾ ਕੰਮ ਕਰਨਾ ਹੋਵੇ ਉਦੋਂ ਲੋਕ ਸਲਾਹ ਮਸ਼ਵਰਾ ਕਰਦੇ ਨੇ। ਕੁਦਰਤੀ ਗੱਲ, ਜਿੰਨਾ ਵੱਡਾ ਕੰਮ ਸਾਡੇ ਆਮ ਜ਼ਿੰਦਗੀ ਦਾ ਇਹ ਸੁਭਾਅ, ਜਿੰਨਾ ਵੱਡਾ ਕੰਮ ਦੋ ਚੌਂਕ ਕੋਲੋਂ ਸਲਾਹ ਲੈ ਲੈ ਬਈ, ਕਹਿੰਦੇ ਹਨ। ਜਾਂ ਜਿਹਨੇ ਇਹ ਕੰਮ ਕੀਤਾ ਹੋਵੇ ਉਹਦੀ ਅਗਵਾਈ ਸਲਾਹ ਲੈ ਲੈ,
ਹੁਣ ਰੱਬ ਤੋਂ ਪਹਿਲਾਂ ਕੋਈ ਹੋਰ ਤੇ ਹੈ ਨਹੀਂ ਜਿਹਨੇ ਕੋਈ ਕੰਮ ਇਹਦਾ ਕੀਤਾ ਹੋਵੇ ਜਿਹੜਾ ਰੱਬ ਨੇ ਕੀਤਾ। ਰੱਬ ਇੱਕ ਲਫ਼ਜ਼ ਹੈ ਐਸੀ ਲਾਲ ਕੁਝ ਬਿਨ ਕੌਣ ਕਰੇ ਮੇਰੇ ਮਾਲਕ ਜੋ ਕੁਝ ਤੂੰ ਕੀਤਾ ਹੈ ਉਹ ਹੋਰ ਕੌਣ ਕਰੇ, ਦੂਜਾ ਰੱਬ ਹੋਵੇ ਤਾਂ ਕਰੇ, ਕਿਉਂਕਿ ਤਦੋਂ ਹੋਰ ਨਾ ਕੋਈ ਰੱਬ ਦੀ ਪਛਾਣ, ਤਦੋਂ ਹੋਰ ਨਾ ਕੋਈ ਕਿਲ ਗਏ। ਇਸੇ ਲਈ ਹੁਣ ਉਹ ਸਲਾਹ ਕਹਿੰਦੇ ਨਾਲ ਕਰੇ ਜੋ ਦੂਜਾ ਹੈ ਹੀ ਕੋਈ ਨਹੀਂ, ਇਸ ਲਈ ਸਲਾਹ ਵੀ ਉਹ ਆਪਣੇ ਆਪ ਨਾਲ ਹੀ ਕਰ ਲੈਂਦਾ, ਫੈਸਲੇ ਵੀ ਆਪੇ ਹੀ ਕਰ ਲੈਂਦੇ, ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਏ, ਆਪੇ ਸਲਾਹ ਕਰਦਾ ਹੈ। ਤੇ ਫਿਰ ਇੰਨਾ ਵੱਡਾ ਦਾਨਸ਼ਵੰਦ ਹੈ, ਇੰਨਾ ਵੱਡਾ ਸ਼ਕਤੀਸ਼ਾਲੀ ਹੈ ਕਿ ਜੋ ਆਪਣੀ ਸਲਾਹ ਪ੍ਰੈਕਟੀਕਲ ਰੂਪ ਦੇਣ ਲਈ ਕਰਦਾ ਹੈ ਉਹਦੇ ਕੰਮ ਕਰਨ ਵਿੱਚ ਵੀ ਕੋਈ ਅੜਿੱਕਾ ਨਹੀਂ ਬਣਦਾ, ਕੋਈ ਕਮਜ਼ੋਰੀ ਨਹੀਂ ਬਣਦੀ। ਜੋ ਕੁਝ ਚਾਹੁੰਦਾ ਹੈ ਉਹ ਕਰ ਵੀ ਲੈਂਦਾ ਹੈ, ਜੋ ਕੁਝ ਚਾਹੁੰਦਾ ਹੈ ਉਹ ਸੋਚ ਵੀ ਲੈਂਦਾ ਹੈ, ਜੋ ਕੁਝ ਚਾਹੁੰਦਾ ਹੈ ਉਹ ਕਰ ਵੀ ਲੈਂਦਾ। ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ। ਭਾਉ ਜੀ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਨੇ ਦਿੱਖ ਸਮਾਏ, ਸਾਈ ਕਾਰ ਕਮਾਵਣੀ ਤੁਰ ਛੋਡੀ। ਜੋ ਚਾਹੁੰਦਾ ਕਰ ਲੈਂਦਾ, ਜੋ ਚਾਹੁੰਦਾ ਉਹ ਸੋਚ, ਉਹ ਆਪਣੇ ਆਪ ਵਿੱਚ ਹੀ ਸੋਚ ਵਿਚਾਰ ਮਸ਼ਵਰਾ ਕਰ ਲੈਂਦਾ ਕਿਸੇ ਦੂਜੇ ਕੋਲੋਂ ਰਾਏ ਪੁੱਛ, ਉਹਨੂੰ ਪੁੱਛਣ ਦੀ ਲੋੜ ਹੀ ਨਹੀਂ ਪੈਂਦੀ, ਦੂਜਾ ਹੈ ਹੀ ਕੋਈ ਨਹੀਂ। ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ। ਕਹਿਣ ਲੱਗੇ ਤਦੋਂ ਆਕਾਸ਼ ਨਾ ਪਤਾਲ ਹੈ ਨਾ ਤ੍ਰੈ ਲੋਈ, ਨਾ ਉਦੋਂ ਆਕਾਸ਼ ਸੀ ਨਾ ਪਤਾਲ ਸੀ, ਉਹ ਜੀਵ ਕਿਵੇਂ ਪੈਦਾ ਕਰਦਾ, ਕਿੱਥੇ ਰੱਖਦਾ, ਉਹਨਾਂ ਦੀ ਰੋਟੀ, ਉਹਨਾਂ ਦੀ ਰੋਜ਼ੀ, ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕਿਵੇਂ ਕਰਦਾ। ਅਜੇ ਤਾਂ ਉਹਨੇ ਕਰਨਾ ਹੈ ਨਾ, ਅਜੇ ਤਾਂ ਆਪਣੇ ਆਪ ਨੂੰ ਪਾਇਆ ਰੰਕਾਰ ਦੀ ਪਛਾਣ, ਉਹਦੇ ਬਾਰੇ ਕੁਛ ਜਾਣਨਾ। ਕਹਿਣ ਲੱਗੇ ਕਿਹੜੀ ਅਜੀਬ ਗੱਲ ਹੈ, ਅਜੇ ਆਕਾਸ਼ ਨਹੀਂ ਪਤਾਲ ਨਹੀਂ ਇੰਨੇ ਲੋਕ ਵੀ ਨਹੀਂ, ਮਾਤ ਲੋਕ ਪਤਾਲ ਲੋਕ ਤੇ ਆਕਾਸ਼ ਲੋਕ ਤਿੰਨੇ ਲੋਕ ਵੀ ਨਹੀਂ, ਤੇ ਤਿੰਨਾਂ ਲੋਕਾਂ ਵਿੱਚ ਕੋਈ ਜੀਵ ਵੀ ਨਹੀਂ ਰਹਿੰਦੇ, ਆਖਰ ਰੱਖੇ ਕਿੱਥੇ। ਇਸ ਲਈ ਪਹਿਲਾਂ ਤ੍ਰੈ ਲੋਈ ਪੈਦਾ ਕਰੇਗਾ, ਫਿਰ ਅੱਗੇ ਕੁਝ ਕਰੇਗਾ, ਅਜੇ ਤਾਂ ਸੋਚ ਰਿਹਾ ਵਿਚਾਰ ਆਪਣੀ ਮਤਾ ਆਪ ਅਜੇ ਫੈਸਲਾ ਕਰ ਰਿਹਾ। ਕਹਿਣ ਲੱਗੇ ਤਦੋਂ ਆਕਾਸ਼ ਨਾ ਪਤਾਲ ਹੈ ਨਾ ਤ੍ਰੈ ਲੋਈ, ਤਦੋਂ ਆਪੇ ਆਪ ਨਿਰੰਕਾਰ ਹੈ। ਸੁਖਮਨੀ ਸਾਹਿਬ ਹੁਣੇ ਭੁਗਤਿਆ ਇਹਦੇ ਪੌੜੀ ਆਈ, ਕਈ ਕੋਟ ਖਾਣੀ ਔਰ ਅਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਤੀਨੋ ਵਿਸਥਾਰ, ਕਈ ਵਾਰ ਪਸਰੋ ਪਸਾਰ, ਪਰ ਹੋਇਆ ਕੀ ਸਦਾ ਸਦਾ ਇੱਕ ਇੱਕ ਅੰਕਾਰ। ਕਿਤੇ ਵੀ ਹੋ ਰਹਿਣਾ ਕਹਿੰਦੇ ਨੇ ਤਦੋਂ ਆਕਾਸ਼ ਨਾ ਪਤਾਲ ਹੈ ਨਾ ਤ੍ਰੈ ਲੋਈ, ਤਦੋਂ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ। ਅਜੇ ਕੁਝ ਪੈਦਾ ਹੀ ਨਹੀਂ ਹੋਇਆ, ਉਤਪਤ ਹੋਇਆ ਹੀ ਨਹੀਂ, ਉਪਤ ਦਾ ਮਤਲਬ ਹੁੰਦਾ ਪੈਦਾਸ਼ ਕਰ, ਅਜੇ ਕੁਝ ਬਣਿਆ ਹੀ ਨਹੀਂ। ਇਸ ਲਈ ਨਾ ਉਹ ਕਿਸੇ ਕੋਲੋਂ ਸਲਾਹ ਲੈਂਦਾ ਹੈ, ਨਾ ਕਿਸੇ ਦੀ ਮਰਜ਼ੀ ਵਰਤਦਾ ਹੈ, ਨਾ ਉਹਨੇ ਆਕਾਸ਼ ਤੇ ਪਤਾਲ ਅਜੇ ਬਣੇ ਨਹੀਂ। ਇਸ ਵਾਸਤੇ ਸੰਸਾਰ ਵੀ ਅਜੇ ਨਹੀਂ ਬਣਾਇਆ, ਅਜੇ ਸੋਚ ਰਿਹਾ, ਮਸ਼ਵਰੇ ਕਰ ਰਿਹਾ, ਡਿਸਿਪਲਿਨ ਪੈਦਾ, ਕੁਝ ਨਿਯਮ ਪੈਦਾ ਕਰ ਰਿਹਾ ਹੈ। ਅਜੇ ਪਹਿਲਾਂ ਮਰਿਆਦਾ ਕਾਇਮ ਕਰੇਗਾ, ਫਿਰ ਕਿਸੇ ਨੂੰ ਪੈਦਾ ਕਰੇਗਾ, ਬਿਨਾਂ ਮਰਿਆਦਾ ਤੇ ਕੁਝ ਬਣਦਾ ਹੀ ਨਹੀਂ। ਹਰ ਇੱਕ ਚੀਜ਼ ਮਰਿਆਦਾ ਵਿੱਚ ਹੈ। ਕਿਹੜੀ ਅਜੀਬ ਗੱਲ ਹੈ, ਅਸੀਂ ਇੱਕ ਮਕਾਨ ਬਣਾਉਣਾ ਹੋਵੇ ਤੇ ਕਿਸੇ ਆਰਕੀਟੈਕਟ ਕੋਲ ਜਾਈਏ ਵੀ ਅਸੀਂ ਮਕਾਨ ਬਣਾਉਣਾ ਹੈ, ਉਹ ਕਹਿੰਦੇ ਤੁਹਾਡੀ ਲੋੜ ਕੀ ਹੈ, ਇੰਨੇ ਬੈਡਰੂਮ ਚਾਹੀਦੇ ਨੇ,
ਬਾਤ ਸਭ ਕੁਝ ਦੱਸੀ ਦੇ। ਫਿਰ ਉਹ ਕਹਿੰਦਾ ਤੁਹਾਡਾ ਲੋਟ ਕਿੰਨਾ ਹੈ। ਫਿਰ ਆ ਕੇ ਉਹਨੂੰ ਤਰਤੀਬ ਮਰਿਆਦਾ ਦੇਣ ਲਈ ਉਹ ਲੋਟ ਨੂੰ ਆ ਕੇ ਮਿਲਦਾ ਹੈ ਅਤੇ ਫਿਰ ਬੈਠ ਕੇ ਉਹ ਮਤਾ ਮਸੂਰਤ ਕਰਦਾ ਵੀ ਇਸ ਲੋਟ ਵਿੱਚ ਇਹਨਾਂ ਜਿੰਨੀਆਂ ਦੀਆਂ ਲੋੜਾਂ ਨੇ ਐਡਾ ਮਕਾਨ ਬਣ ਸਕਦਾ ਅਤੇ ਜੇ ਬਣ ਸਕਦਾ ਤਾਂ ਇਹਦਾ ਨਿਯਮ ਬਣਾਵਾਂ ਕਿੰਨੇ ਵੱਡੇ ਕਿਸ ਸਾਈਜ਼ ਦੇ ਬੈਡਰੂਮ ਹੋਣਗੇ ਕਿਸ ਸਾਈਜ਼ ਦਾ ਡਰਾਇੰਗ ਰੂਮ ਹੋਵੇਗਾ ਉਹਨੂੰ ਕਰਨਾ ਪੈਂਦਾ ਇਹ ਹੈ ਡਿਜ਼ਾਇਨ। ਏਡੀ ਅਜੀਬ ਗੱਲ ਹੈ ਰੱਬ ਨੇ ਇੰਨਾ ਵੱਡਾ ਸੰਸਾਰ ਬਣਾਉਣਾ ਇੰਨਾ ਵੱਡਾ ਘਰ ਬਣਾਉਣਾ ਘਰ ਪਰਸੋਂ ਵੀ ਤੋਂ ਕਾਹੀ ਸੀ ਇਹ ਜੱਗ ਸੱਚੇ ਕੀ ਹੈ ਕੋਠੜੀ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੰਨਾ ਵੱਡਾ ਸੰਸਾਰ ਬਣਾਉਣਾ ਆਰਕੀਟੈਕਟ ਵੀ ਹੋਰ ਕੋਈ ਨਹੀਂ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਕਿਸੇ ਆਰਕੀਟੈਕਟ ਦੀ ਵੀ ਕੋਈ ਸਲਾਹ ਨਹੀਂ ਲੈਂਦਾ ਵੀ ਕਿੰਨਾ ਵੱਡਾ ਮੈਂ ਸੰਸਾਰ ਬਣਾਉਣਾ ਇੱਥੇ ਕਿੰਨੀ ਕੁ ਦੁਨੀਆ ਰਹਿ ਸਕੇਗੀ ਕਿੰਨੀ ਕੁ ਨਹੀਂ ਰਹਿ ਸਕੇਗੀ ਬਿਲਕੁਲ ਕੋਈ ਸਲਾਹ ਨਹੀਂ ਸੋਚਿਓ ਉਹਦੀ ਵਡਿਆਈ ਤਾਂ ਸਾਨੂੰ ਪਤਾ ਲੱਗ ਜਾਏ ਆਪੇ ਆਪਣਾ ਪਛਾਣ ਹੋ ਜਾਏ ਇਹ ਹੈ ਪਛਾਣ ਰੱਬ ਦੀ ਪਛਾਣ ਹੁਣ ਇੰਨਾ ਵੱਡਾ ਸੰਸਾਰ ਬਣਾਉਣਾ ਕੋਈ ਸਲਾਹ ਮਸ਼ਵਰਾ ਕਿਸੇ ਕੋਲੋਂ ਲੈਣ ਦੀ ਲੋੜ ਨਹੀਂ ਤੇ ਇੱਕ ਦੂਜੇ ਤੋਂ ਵੱਖਰੇ ਵੱਖਰੇ ਜੀਵ ਬਣਾਉਣੇ ਨੇ ਉਹ ਡਿਜ਼ਾਇਨ ਕਰਨੇ ਨੇ ਕੋਈ ਨਾ ਕਿਸੇ ਜੇ ਉਹ ਪਾਇਆ ਤਿਲ ਕਰਤੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਉਹ ਪਾਇਆ ਕੋਈ ਕਿਸੇ ਵਰਗਾ ਨਹੀਂ ਕਹਿੰਦੀ ਅਜੀਬ ਕੋਲ ਐਡੀ ਅਰਬਾਂ ਦੀ ਤਾਦਾਦ ਵਿੱਚ ਦੁਨੀਆ ਅਤੇ ਇੱਕ ਦੂਜੇ ਨਾਲ ਸ਼ਕਲ ਹੀ ਨਹੀਂ ਇੰਨੇ ਡਿਜ਼ਾਇਨ ਇੰਨੇ ਮਾਡਲ ਸਲਾਹ ਕਿਸੇ ਗੱਲ ਨਹੀਂ ਦੇਖਦਾ ਰੱਬ ਨੂੰ ਜਿੰਨੀ ਦੇਰ ਅਸੀਂ ਇਸ ਪੱਖੋਂ ਨਹੀਂ ਪਛਾਣਦੇ ਓਨੀ ਦੇਰ ਉਹਦੇ ਅੱਗੇ ਸਿਰ ਨਹੀਂ ਝੁਕਣਾ ਸਾਨੂੰ ਪ੍ਰਭੂ ਦੀ ਪਛਾਣ ਬਹੁਤ ਜ਼ਰੂਰੀ ਹੈ। ਫਿਰ ਇੱਕ ਗੱਲ ਬੜੀ ਖੂਬਸੂਰਤ ਆਖ ਦਿੱਤੀ ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਹਰ ਗੱਲ ਸਮਝਦੀ ਹੁੰਦੀ ਕਹਿਣ ਲੱਗੇ ਉਸ ਮਾਲਕ ਨੂੰ ਤਿਆਗ ਕੇ ਕੋਈ ਆਖੇ ਮੈਂ ਮਹਾਨ ਬਣ ਜਾਵਾਂ ਉਹਨੂੰ ਪੁੱਛਣ ਦੀ ਉਹਨੂੰ ਸਲਾਹ ਉਹਦੀ ਸਲਾਹ ਲੈਣ ਦੀ ਉਹਦੀ ਵਡਿਆਈ ਜਾਣਨ ਦੀ ਲੋੜ ਹੀ ਨਹੀਂ ਇੱਕ ਲਫ਼ਜ਼ ਕਹਿੰਦੇ ਉਹ ਹੈ ਮੂਲ ਬਿਨਾਂ ਸ਼ਾਖਾ ਕੱਤ ਹੈ ਮੂਲ ਕਹਿੰਦੇ ਜੜ ਤੇ ਜੜ ਆਦ ਪੁਰਖ ਹੁੰਦੀ ਹੈ ਆਦ ਪੁਰਖ ਦਾ ਆਦ ਦਾ ਮਤਲਬ ਕਿ ਜਿਹੜੀ ਸਭ ਤੋਂ ਪਹਿਲਾਂ ਹੋਵੇ ਕੋਈ ਦਰਖਤ ਹੈ ਕੋਈ ਪੇੜ ਹੈ ਸਭ ਤੋਂ ਪਹਿਲਾਂ ਜਨਮ ਕਿਹੜੀ ਚੀਜ਼ ਲੈਂਦੀ ਗੁਰੂ ਨੇ ਇਸ ਲਈ ਰੱਬ ਨੂੰ ਇੱਕ ਗੱਲ ਆਖੀ ਕਹਿੰਦੇ ਨੇ ਤੂੰ ਸੰਸਾਰ ਹੈ ਨਾ ਇਹ ਤੇਰੀਆਂ ਟਾਣੀਆਂ ਨੇ ਤੇ ਜਿੰਨਾ ਸੰਸਾਰ ਹੈ ਨਾ ਇਹ ਤੇਰੀਆਂ ਸ਼ਾਖਾ ਨੇ ਪੱਤੇ ਨੇ ਫੁੱਲ ਨੇ ਫਲ ਨੇ ਤੂੰ ਪੇੜ ਹੈ ਪਰ ਅਗਲੀ ਲੈਣ ਵਿੱਚ ਇੱਕ ਗੱਲ ਕਹਿ ਦਿੱਤੀ ਨੇ ਕਹਿਣ ਲੱਗੇ ਤੂੰ ਸੂਖਮ ਸੂਖਮ ਹੈ ਸੂਖਮ ਦਾ ਮਤਲਬ ਹੁੰਦਾ ਜਿਹੜਾ ਦਿਸੇ ਨਾ ਸੂਖਮ ਚੀਜ਼ ਉਸੇ ਨੂੰ ਕਹਿੰਦੇ ਨੇ ਜਿਹੜੀ ਦਿਸੇ ਨਾ ਤੂੰ ਸੂਖਮ ਹੋਆ ਸਥੂਲੀ ਤੂੰ ਸੂਖਮ ਹੈ ਪਰ ਸਥੂਲ ਵਿੱਚ ਬੈਠਾ ਹੈ ਆਪਣੇ ਆਪ ਨੂੰ ਸਥੂਲ ਬਣਾ ਲਿਆ ਕਿਵੇਂ ਬਣ ਗਿਆ ਲਓ ਟੁਕੜੇ ਗੁਰਬਾਣੀ ਨੂੰ ਸਮਝਣ ਲਈ ਰੁੱਖ ਦੇ ਤੂੰ ਪੇੜ ਸ਼ਾਖ ਤੇਰੀ ਫੁੱਲੀ ਤੂੰ ਸੂਖਮ ਹੋਆ ਸਥੂਲੀ ਸੁਖਮ
ਗੁਰਬਾਣੀ ਸਾਹਿਬ ਅੰਦਰ ਵੀ ਇਹ ਲਾਈਨ ਹੈ ਇਸ ਤਰ੍ਹਾਂ ਦੀ, ਇਹੀ ਇਹੀ ਕੁਝ ਹੈ। ਸਤਿਗੁਰੂ ਕਹਿਣ ਲੱਗੇ ਭਰਿਆ ਖਿਆਲ ਕਰੀ ਤੋ ਇਹ ਕਿ ਸੂਖਮ ਜਿਹੜਾ ਹੈ ਉਹ ਹੁੰਦਾ ਛੁਪਿਆ ਹੋਇਆ ਦਿਸਦਾ, ਤੇ ਪੇਟ ਵਿੱਚ ਜਿਹੜੀ ਜੜ ਹੈ ਉਹ ਧਰਤੀ ਦੇ ਥੱਲੇ ਹੁੰਦੀ ਹੈ ਤੇ ਛੁਪੀ ਹੁੰਦੀ ਦਿਸਦੀ ਨਹੀਂ। ਨਾ ਕਦੇ ਕਿਸੇ ਨੇ ਦਰਖਤ ਦੇ ਫਲ ਤੋੜ ਕੇ ਬਾਕੀ ਲਿਦਾ ਕੇ ਕਹਿੰਦਾ ਬਹੁਤ ਖੂਬਸੂਰਤ ਬੜੇ ਮਿੱਠੇ ਫਲ ਦੇ, ਤੇ ਜੇ ਕੋਈ ਆਖੇ ਇਹਦੀ ਜੜ ਦਿਖਾ ਫਲ ਦਿਖਾ ਸਕਦਾ, ਫੁੱਲ ਵੀ ਦਿਖਾ ਸਕਦਾ, ਜੜ ਨਹੀਂ ਦਿਖਾ ਸਕਦਾ। ਕਿਉਂ? ਕਿਉਂਕਿ ਜੜ ਨੂੰ ਸੁਭਾਅ ਛੁਪ ਕੇ ਰਹਿਣ ਦਾ, ਉਹਨੂੰ ਤੂੰ ਬੇਪਰਦ ਨਹੀਂ ਕਰ ਸਕਦਾ, ਉਹਦੀ ਛੁਪ ਕੇ ਰਹਿਣ ਦੀ ਆਦਤ ਹੈ। ਪਰ ਕਹਿਣ ਲੱਗੀ ਇੱਕ ਗੱਲ ਹੋਰ ਹੈ, ਇਹ ਮਤ ਸਮਝੇ ਵੀ ਉਹ ਸਿਰਫ ਛੁਪ ਕੇ ਰਹਿੰਦੀ ਹੈ, ਉਹ ਸਥੂਲ ਵੀ ਹੈ। ਤੂੰ ਸੂਖਮ ਹੋਆ ਸਥੂਲੀ, ਤੂੰ ਸਥੂਲ ਵੀ ਹੈ। ਕਿਉਂ? ਕਿਉਂਕਿ ਆ ਤਣਾ ਜਿਹੜਾ ਹੈ, ਆ ਸ਼ਾਖਾ ਜਿਹੜੀਆਂ ਨੇ, ਆ ਪੱਤੇ ਜਿਹੜੇ ਨੇ, ਫੁੱਲ ਜਿਹੜੇ ਨੇ, ਇਹ ਵੀ ਜੜ ਨਾ ਹੁੰਦੀ ਤਾਂ ਕਿਵੇਂ ਹੁੰਦੇ? ਸੂਖਮ ਹੈ ਪਰ ਉਹ ਜੜ ਜਿਹੜੀ ਛੁਪ ਕੇ ਬੈਠੀ ਹੈ ਨਾ, ਉਹ ਬਾਹਰ ਪੱਤਿਆਂ ਵਿੱਚ ਵੀ ਬੈਠੀ, ਕਿਉਂਕਿ ਉਹਨਾਂ 'ਚ ਰਸ ਬਣ ਕੇ, ਉਹਨਾਂ 'ਚ ਹਰਿਆਵਲ ਬਣ ਕੇ ਜੜੀ ਬੈਠੀ ਹੈ। ਅੱਜ ਜੜ ਦਾ ਸੰਬੰਧ ਜੜ ਉਹਦੇ ਵਿੱਚੋਂ ਨਿਕਲ ਜਾਏ ਤਾਂ ਪੱਤੇ ਸੁੱਕ ਜਾਣਗੇ, ਪੱਤਿਆਂ ਵਿੱਚ ਹਰਿਆਵਲ ਬਣ ਕੇ ਜੜੀ ਬੈਠੀ ਹੈ। ਜਿੰਨੀ ਦੇਰ ਪੱਤੇ ਹਰੇ ਨੇ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਇਹ ਜੜ ਨਾਲ ਇਹਦਾ ਸੰਬੰਧ ਹੈ, ਜੜ ਇਹਦੇ ਵਿੱਚ ਬੈਠੀ ਹੈ, ਇਹਨੂੰ ਕੁਛ ਮੁਹੱਈਆ ਕਰ ਰਹੀ, ਇਹਦੇ ਤੱਕ ਕੁਛ ਪਹੁੰਚਾ ਰਹੀ। ਕਹਿਣ ਲੱਗੇ ਫੁੱਲਾਂ ਦਾ ਸੁਭਾਅ ਕੀ, ਜੇ ਉਹਨਾਂ ਦੇ ਰੰਗ ਵੱਲ ਵੇਖੇ, ਉਹਨਾਂ ਦੀ ਖੂਬਸੂਰਤੀ ਵੱਲ ਵੇਖੇ ਤਾਂ ਉਹ ਨਿਸ਼ਾਨੀ ਹੈ ਕਿ ਉਹ ਜੜੀ ਖੂਬਸੂਰਤ ਹੈ। ਜਿਹੜਾ ਅਸੀਂ ਕਹਿੰਦੇ ਹਾਂ ਸੁੰਦਰ ਮਨਮੋਹਨ ਪਿਆਰੇ, ਉਹ ਕੀ ਹੈ? ਜੜ ਸੂਖਮ ਹੈ, ਛੁਪੀ ਹੋਈ ਹੈ, ਉਹਦੇ 'ਚ ਖੂਬਸੂਰਤੀ ਵੀ ਕੋਈ ਨਹੀਂ। ਸੂਖਮ ਵਿੱਚ ਖੂਬਸੂਰਤੀ ਕੋਈ ਨਹੀਂ, ਪਰ ਜਦੋਂ ਸਥੂਲ ਰੂਪ ਸੰਸਾਰ ਬਣਾ ਲੈਂਦੀ ਹੈ ਤਾਂ ਉਹਦੇ ਵਿੱਚ ਖੂਬਸੂਰਤੀ ਭਰਦੀ ਹੈ। ਕਿਸੇ ਫੁੱਲਾਂ ਦੀ ਖੂਬਸੂਰਤੀ ਵੇਖ ਕੇ ਮਤ ਸਮਝੀ ਕਿ ਇਹ ਫੁੱਲਾਂ ਦੀ ਖੂਬਸੂਰਤੀ ਹੈ, ਜੜ ਦੀ ਖੂਬਸੂਰਤੀ ਹੈ। ਜੜ ਨੇ ਸੁੰਦਰਤਾ ਆਪਣੀ ਜਿਹੜੀ ਇਹਨਾਂ ਫੁੱਲਾਂ ਵਿੱਚ ਟਿਕਾ ਦਿੱਤੀ। ਕਿਸੇ ਫਲ ਨੂੰ ਵੇਖ ਕੇ ਮਤ ਸਮਝੇ ਕਿ ਇਹਦੀ ਮਿਠਾਸ ਆਪਣੀ ਹੈ, ਬਿਲਕੁਲ ਨਹੀਂ, ਉਹ ਜੜ ਦੀ ਹੈ। ਜੜ ਨੇ ਆਪਣਾ ਟੇਸਟ, ਆਪਣੀ ਮਿਠਾਸ ਇਸ ਫਲ ਵਿੱਚ ਟਿਕਾ ਦਿੱਤੀ ਹੈ। ਇਹ ਸਾਰੀਆਂ ਚੀਜ਼ਾਂ ਇੱਕ ਨਿਯਮਬੱਧ ਕਰ ਦਿੱਤੀਆਂ ਨੇ ਕਿ ਜਿੰਨੀ ਦੇਰ ਜੜ ਨਾਲ ਤੇਰਾ ਸੰਬੰਧ ਹੈ, ਜੜ ਤੇਰੇ ਵਿੱਚ ਬੈਠੇਗੀ ਤੇ ਹਰ ਚੀਜ਼ ਤੈਨੂੰ ਮੁਹੱਈਆ ਕਰੇਗੀ। ਤੂੰ ਆਪਣੇ ਜੀਵਨ ਵੱਲ ਵੇਖ ਕੇ ਕਿਤੇ ਇਹ ਅੰਦਾਜ਼ਾ ਨਾ ਲਗਾ ਲਈ ਕਿ ਜਿੰਨੇ ਸੁੱਖ ਪੈਦਾ ਕੀਤੇ ਨੇ ਮੇਰੇ ਨੇ। ਇੱਕ ਗੱਲ ਰੱਬ ਦੀ ਸਮਝਣ ਵਾਲੀ, ਸਭ ਬਾਣੀ ਅੰਦਰ ਬੜੀ ਖੂਬਸੂਰਤ ਕਹਿ ਦਿੱਤਾ। ਕਹਿਣ ਲੱਗੇ ਇੱਕ ਪਹਿਲੇ ਆਦਿ ਪੁਰਖ ਲਫ਼ਜ਼ ਲੈ ਲਈਏ ਨਾ, ਕਿ ਉਹ ਸਾਰਿਆਂ ਵਿੱਚ ਵੱਸਦਾ, ਉਹ ਸੂਖਮ ਹੁੰਦਾ ਸਾਰਿਆਂ ਵਿੱਚ, ਸਭ ਮੈਂ ਵੱਸੈ ਪ੍ਰਭ ਇੱਕੋ ਸੋਏ ਗੁਰਬਾਣੀ, ਸਭ ਮੈਂ ਵੱਸੈ ਪ੍ਰਭ ਇੱਕੋ ਸੋਏ, ਗੁਰਮਤੀ ਘੱਟ ਪ੍ਰਗਟ ਹੋਏ ਪਰ ਗਿਆਨ ਨਾਲ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ। ਉਹਦੇ ਨਾਲ ਪਛਾਣ ਕਰ ਪੈਦਾ ਕਰਨੀ ਪੈਂਦੀ ਸਾਰੇ ਵਿੱਚ ਰਹਿ ਰਿਹਾ। ਲੋ ਇੱਕ ਐਨੀ ਗੱਲ ਹੀ ਪਹਿਲੀ ਜਿਹੜੀ ਆਪਣੇ ਅੱਜ ਦੇ ਸਬਕ ਦੀ, ਕਿ ਜੇ ਅਸੀਂ ਐਨੀ ਗੱਲ ਹੀ ਵਿਸ਼ਵਾਸ ਵਿੱਚ ਲੈ ਆਈਏ ਕਿ ਰੱਬ ਸਾਰਿਆਂ ਵਿੱਚ ਰਹਿੰਦਾ, ਉਹ ਸਾਡੇ ਤੋਂ ਵੱਖ ਨਹੀਂ, ਤਾਂ ਪਤਾ ਜੀ ਲਾਭ ਕੀ ਹੋਏਗਾ ਮਨੁੱਖ ਦੇ
ਔਗਣ ਸਾਰੀ ਮਿਟ ਜਾਂਦੀ ਹੈ। ਗੁਰਬਾਣੀ ਨੇ ਇੱਕ ਐਗਜ਼ਾਮਪਲ ਦਿੱਤੀ ਹੈ, ਕਹਿੰਦੇ ਚੋਰ ਚੋਰੀ ਕਰਨ ਕਿਉਂ ਜਾਂਦਾ ਹੈ, ਰਾਤ ਦੇ ਅੰਧੇਰੇ ਵਿੱਚ ਕਿਉਂ ਜਾਂਦਾ ਹੈ। ਗੁਰਬਾਣੀ ਨੇ ਹਰ ਚੀਜ਼ ਨੂੰ ਚੰਗੀ ਤਰ੍ਹਾਂ ਸਮਝਾਇਆ। ਕਹਿੰਦੇ ਚੋਰ ਘਰੋਂ ਚੋਰੀ ਕਰਨ ਜਾਂਦਾ ਹੈ, ਉਹ ਰਾਤ ਦੇ ਅੰਧੇਰੇ ਵਿੱਚ ਕਿਉਂ ਜਾਂਦਾ। ਮੈਂ ਇੱਕ ਵਾਰ ਕੀਤੀ ਸੀ ਕਿ ਉਡੀਕਦਾ ਰਹਿੰਦਾ ਕਦੋਂ ਰਾਤ ਪਵੇ, ਉਡੀਕਦਾ ਰਹਿੰਦਾ ਕਦੋਂ ਘਰ ਦੇ ਮਾਲਕ ਲਾਈਟਾਂ ਆਫ ਕਰਨ ਅਤੇ ਮੈਨੂੰ ਪਤਾ ਲੱਗ ਜਾਏ ਹੁਣ ਸੌਂ ਗਏ ਨੇ। ਰਾਤ ਦਾ ਅੰਧੇਰਾ ਭਰਦਾ ਅਤੇ ਜੇ ਅੰਧੇਰੇ ਵਿੱਚ ਉਹਨੂੰ ਚਾਂਸ ਮਿਲ ਜਾਏ, ਕਿਸੇ ਦਾ ਘਰ ਭੰਨ ਕੇ ਬਹੁਤ ਸਾਰੀ ਦੌਲਤ ਛੁਪਦਾ ਲੁਕਾਉਂਦਾ ਲਿਆਉਂਦਾ ਹੈ, ਸਮਝਦਾ ਵੀ ਮੇਰੀ ਚੋਰੀ ਅੱਜ ਸਫਲ ਹੋ ਗਈ। ਗੁਰੂ ਨੇ ਬਾਣੀ ਵਿੱਚ ਇੱਕ ਖਿਆਲ ਦੇ ਦਿੱਤਾ ਹੈ, ਕਹਿਣ ਲੱਗੇ ਹੱਟ ਪੱਟਣ ਬਿਜ ਮੰਦਰ ਬਣਨੇ, ਕਰ ਚੋਰੀ ਘਰ ਆਵੇ। ਗੁਰਬਾਣੀ ਦਾ ਖਿਆਲ ਕਹਿੰਦੇ ਪਹਿਲੀ ਚੀਜ਼ ਜਿਹੜੀ ਸਮਝਣੀ ਹੈ ਨਾ ਰੱਬ ਪ੍ਰਤੀ ਰੱਬ ਦੀ ਨਿਸ਼ਾਨੀ, ਉਹ ਇੱਥੇ ਕੰਮ ਦਿੰਦੀ ਨੇ। ਮਨੁੱਖ ਨੇ ਚੰਗਾ ਬਣਨਾ, ਕੇਵਲ ਰੱਬ ਦੀ ਪਹਿਲੀ ਨਿਸ਼ਾਨੀ ਕਿ ਉਹ ਸਾਰਿਆਂ ਵਿੱਚ ਰਹਿੰਦਾ, ਸੂਕਸ਼ਮ ਬਣ ਕੇ ਰਹਿੰਦਾ, ਉਹ ਫੁੱਲਾਂ ਵਿੱਚ ਰਹਿੰਦਾ, ਉਹ ਫਲਾਂ ਵਿੱਚ ਰਹਿੰਦਾ, ਉਹ ਪਰਿੰਦਿਆਂ ਵਿੱਚ ਰਹਿੰਦਾ, ਜਾਨਵਰਾਂ ਵਿੱਚ ਰਹਿੰਦਾ, ਮਨੁੱਖਾਂ ਵਿੱਚ ਰਹਿੰਦਾ। ਜਦੋਂ ਅਸੀਂ ਇਸ ਪਹਿਲੀ ਨਿਸ਼ਾਨੀ 'ਤੇ ਵਿਸ਼ਵਾਸ ਕਰ ਲਵਾਂਗੇ ਤਾਂ ਲਾਭ ਕੀ ਹੋਏਗਾ ਮਨੁੱਖ ਦੇ ਚੰਗੇ ਬਣਨ ਦਾ। ਰੱਬ ਨਾਲ ਮਨੁੱਖ ਬਣ ਜੁੜਦਾ ਤਾਂ ਹੀ ਹੈ। ਆਤਮਿਕ ਲਫਜ਼ ਸਨ ਕਿ ਮਾਲਕ ਪ੍ਰਭੂ ਜਿਹੜਾ ਹੈ ਉਹ ਗੁਣਾ ਕਰ ਨਾਲ ਹੀ ਸਾਂਝ ਰੱਖਦਾ, ਉਹਦੀ ਅਵਗਣ ਕਿਵੇਂ ਖਤਮ ਹੋਣ। ਇੱਥੇ ਸਵਾਲ ਆ ਗਿਆ, ਕਹਿਣ ਲੱਗੇ ਹੱਥ ਪੱਟਣ ਬਿਜ ਮੰਦਰ ਭੰਨੇ, ਕਰ ਚੋਰੀ ਘਰ ਆਵੇ। ਅੱਗੋਂ ਦੇਖੇ ਪਿੱਛੋਂ ਦੇਖੇ, ਅੱਗੇ ਵੀ ਦੇਖਦਾ ਬਾਰ ਬਾਰ ਪਿੱਛੇ ਦੇਖਦਾ, ਕੋਈ ਪਿੱਛੇ ਬਾਹਰ ਤਾਂ ਨਹੀਂ ਆ ਰਹੀ, ਮੈਂ ਚੋਰੀ ਕਰਕੇ ਆ ਰਿਹਾ, ਕੋਈ ਮੇਰੇ ਪਿੱਛਾ ਤਾਂ ਨਹੀਂ ਕਰ ਰਿਹਾ, ਮੈਂ ਚੋਰੀ ਕਰਕੇ ਆ ਰਿਹਾ। ਅਗਲੇ ਪਾਸੇ ਪੁਲਿਸ ਤਾਂ ਨਹੀਂ ਖੜੀ, ਕਿਤੇ ਉਹਨਾਂ ਨੂੰ ਖਬਰ ਤਾਂ ਨਹੀਂ ਲੱਗ ਗਈ, ਚੋਰ ਦੇ ਬਣਨ ਹੁੰਦਾ ਹੀ ਹੈ। ਗੁਰਬਾਣੀ ਇਸ ਗੱਲ ਦਾ ਬਿਆਨ ਦੇ ਰਹੀ, ਉਦਾਹਰਨ ਦੇ ਰਹੀ। ਕਹਿੰਦੇ ਨੇ ਹੱਟ ਪੱਟਣ ਵਿੱਚ ਮੰਦਰ ਭੰਨੇ, ਕਰ ਚੋਰੀ ਘਰ ਆਵੇ। ਅੱਗੋਂ ਦੇਖੇ ਪਿੱਛੋਂ ਦੇਖੇ, ਪਰ ਭਰਿਆ ਕੁਝ ਤਾਂ ਕਹਾਂ ਛੁਪਾਵੇ। ਉਹ ਕਦੇ ਅੱਗੇ ਦੇਖਦਾ ਕਦੇ ਪਿੱਛੇ ਦੇਖਦਾ ਕਿ ਦੁਨੀਆ ਮੈਨੂੰ ਨਹੀਂ ਦੇਖਦੀ। ਚੋਰ ਨੂੰ ਕੋਈ ਆਖੇ ਵੀ ਹੇ ਚੋਰ, ਦੱਸ ਰੱਬ ਤੂੰ ਕਿਵੇਂ ਛੁਪਾਏਗਾ, ਉਹ ਤਾਂ ਤੇਰੇ ਅੰਦਰ ਵਸਦਾ। ਜਦੋਂ ਤੂੰ ਚੋਰੀ ਕਰ ਰਿਹਾ ਸੀ ਉਦੋਂ ਵੀ ਤੇਰੇ ਨਾਲ ਸੀ। ਦੇਖੋ ਪਹਿਲਾ ਲਫ਼ਜ਼ ਸੀ ਸਭ ਮੈਂ ਵਸਿਆ ਪ੍ਰਭੇ ਕੋ ਸੋਏ, ਆ ਜਿਹੜਾ ਪਹਿਲੀ ਹੁੰਦੀ ਨਿਸ਼ਾਨੀ ਹੈ ਨਾ ਆਦਿ ਪੁਰਖ ਦੀ, ਉਹ ਹੈ ਸਾਰਿਆਂ ਵਿੱਚ ਵਸਣਾ, ਸੂਖਸ਼ਮ ਬਣ ਕੇ ਵਸਣਾ। ਅਤੇ ਜਿਸ ਦਿਨ ਸਿੱਖ ਨੂੰ, ਜਿਸ ਦਿਨ ਮਨੁੱਖ ਨੂੰ ਇਹ ਵਿਸ਼ਵਾਸ ਆ ਗਿਆ ਕਿ ਰੱਬ ਮੇਰੇ ਅੰਦਰ ਵਸਦਾ, ਕੋਈ ਬੁਰਾਈ ਨਹੀਂ ਕਰ ਸਕੇਗਾ, ਕੋਈ ਬੁਰਾਈ ਨਹੀਂ ਕਰ ਸਕੇਗਾ, ਕਿਸੇ ਨਾਲ ਧੋਖਾ ਨਹੀਂ ਕਰ ਸਕੇਗਾ, ਕਿਤੇ ਠੱਗੀ ਨਹੀਂ ਕਰ ਸਕੇਗਾ। ਇਸ ਗੁਰਬਾਣੀ ਦੀ ਤੁਕ ਨੇ ਸਪਸ਼ਟ ਕਰ ਦਿੱਤਾ। ਕਹਿਣ ਲੱਗੇ ਅੱਗੋਂ ਦੇਖੇ ਪਿੱਛੋਂ ਦੇਖੇ, ਕੁਝ ਤਾਂ ਕਹਾਂ ਛੁਪਾਵੇ, ਤੇਰੇ ਨਾਲੋਂ ਕਿ ਤੇਰੇ ਅੱਗੇ ਕਿਹੜਾ ਛੁਪਾਏਗਾ, ਅੱਗੋਂ ਪਿੱਛੋਂ ਤਾਂ ਪਤਾ ਦੇਖ ਲਏਗਾ ਵੀ ਕੋਈ ਵੇਖੇ ਨਾ। ਅਤੇ ਜੇ ਤੈਨੂੰ ਵਿਸ਼ਵਾਸ ਹੋਵੇ ਰੱਬ ਮੇਰੇ ਅੰਦਰ ਹੈ, ਫਿਰ ਤੂੰ ਚੇਰੇ ਤੇਰੀ ਚੋਰੀ ਖਤਮ ਹੋ। ਮਨੁੱਖ ਦੇ ਚੰਗੇ ਬਣਨ ਦਾ ਤਰੀਕਾ, ਕਹਿਣ ਲੱਗੇ ਜਿਸ ਦਿਨ ਤੂੰ ਪਹਿਲੀ ਰੱਬ ਦੀ ਨਿਸ਼ਾਨੀ ਉਹਦੀ ਪਛਾਣ ਹਿਰਦੇ ਵਿੱਚ ਵਿਸ਼ਵਾਸ ਨਾਲ ਵਿਛਾ ਲਈ ਕਿ ਉਹ ਰੱਬ ਸਾਰਿਆਂ ਵਿੱਚ ਰਹਿੰਦਾ, ਆਪੇ ਸੂਖਮ ਆਪੇ ਸਥੂਲ ਆ, ਉਹ ਸਥੂਲ ਵੀ ਹੈ ਸੂਖਮ ਵੀ ਹੈ, ਉਹ ਫੁੱਲ ਵੀ ਹੈ ਪੱਤੇ ਵੀ ਹੈ ਛਾਂ ਵੀ ਹੈ ਅਤੇ ਉਹ ਜੜ ਵੀ ਹੈ, ਜੜ ਛੁਪੀ ਹੋਈ ਹੈ ਬਾਕੀ ਸਭ ਕੁਝ ਦਿਸਦਾ, ਉਹਦੇ ਵਿੱਚ ਜੜ ਦਾ ਕ੍ਰਿਸ਼ਮਾ ਹੈ। ਕਹਿਣ ਲੱਗੇ ਜਿਸ ਦਿਨ ਤੂੰ ਰੱਬ ਨੂੰ ਆਪਣੀ ਜੜ ਮੰਨ ਲਿਆ, ਮੂਲ ਮੰਨ, ਮੂਲ ਦਾ ਮਤਲਬ ਕੀ ਹੈ, ਕਿਉਂ ਗੁਰੂ ਨੇ ਆਖਿਆ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ।
ਤੇ ਜਿਸ ਦਿਨ ਮੂਲ ਪਛਾਣੇਗਾ ਪਹਿਲੀ ਗੱਲ ਕੀ ਹੋਵੇਗੀ ਮਨ ਹਰ ਜੀ ਤੇਰੇ ਨਾਲ ਆ ਦੋ ਚੀਜ਼ਾਂ ਇਕੱਠੀ ਹੋ ਗਈ ਕਹਿਣ ਲੱਗੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇ ਜਿਸ ਦਿਨ ਤੂੰ ਉਸ ਮੂਲ ਰੂਪੀ ਪਰਮਾਤਮਾ ਨੂੰ ਪਛਾਣ ਲਏਗਾ ਨਾ ਵੀ ਉਹ ਮੇਰਾ ਮੂਲ ਹੈ ਉਸ ਦਿਨ ਕੀ ਹੋਏਗਾ ਮਨ ਹਰ ਜੀ ਤੇਰੇ ਨਾਲ ਹੈ ਉਸ ਦਿਨ ਤੈਨੂੰ ਵਿਸ਼ਵਾਸ ਹੋ ਜਾਏਗਾ ਜਿਵੇਂ ਮੂਲ ਪੱਤਿਆਂ ਵਿੱਚ ਉਹਨਾਂ ਤੋਂ ਵੱਖ ਨਹੀਂ ਹੁੰਦਾ ਮੂਲ ਫੁੱਲਾਂ ਵਿੱਚ ਉਹਦੇ ਤੋਂ ਵੱਖ ਨਹੀਂ ਹੁੰਦਾ ਜੇ ਫੁੱਲ ਮੂਲ ਨਾਲੋਂ ਵੱਖ ਹੋ ਜਾਣਗੇ ਤਾਂ ਸੁੱਕ ਜਾਣਗੇ ਜੇ ਪੱਤੇ ਮੂਲ ਨਾਲੋਂ ਸ਼ਾਖਾ ਮੂਲ ਨਾਲੋਂ ਵੱਖ ਹੋ ਜਾਣਗੀਆਂ ਤਾਂ ਟੁੱਟ ਸੁੱਕ ਜਾਣਗੀਆਂ ਖਤਮ ਹੋ ਜਾਣਗੀਆਂ ਕਹਿਣ ਲੱਗੀ ਇਸੇ ਤਰ੍ਹਾਂ ਤੈਨੂੰ ਪਤਾ ਹੋਵੇ ਮਨ ਹਰ ਜੀ ਤੇਰੇ ਨਾਲ ਹੈ ਰੱਬ ਉਸ ਮੂਲ ਜੜ ਵਾਂਗ ਤੇਰੇ ਵਿੱਚ ਬੈਠਾ ਤੇ ਜਿਸ ਦਿਨ ਤੈਨੂੰ ਇਹ ਵਿਸ਼ਵਾਸ ਆ ਜਾਏਗਾ ਫਿਰ ਦੂਜਾ ਸੁੱਖ ਕੀ ਹੋਏਗਾ ਤੇਰਾ ਡਰ ਖਤਮ ਹੋ ਜਾਏਗਾ ਪਹਿਲੇ ਨਾਲ ਔਗੁਣ ਖਤਮ ਹੋਣਗੇ ਕਿਉਂਕਿ ਉਹ ਮੇਰੇ ਨੇੜੇ ਮੈਨੂੰ ਦੇਖ ਰਿਹਾ ਤੇ ਦੂਜੇ ਨਾਲ ਕੀ ਹੋਏਗਾ ਦੂਜੇ ਪਾਸੇ ਹੋਏਗਾ ਡਰ ਖਤਮ ਹੋ ਜਾਏਗਾ ਤੈਨੂੰ ਪਤਾ ਹੋਵੇਗਾ ਮੇਰਾ ਰੱਬ ਮੇਰੇ ਨਾਲ ਹੈ ਜਿਵੇਂ ਮੈਂ ਪਿਛਲੇ ਦਿਨ 'ਚ ਇੱਕ ਲਫ਼ਜ਼ ਕਹੀ ਸੀ ਬੁੱਲੇ ਸ਼ਾਹ ਦੀ ਇੱਕ ਗੱਲ ਕਿ ਬੁੱਲਾ ਨਾ ਇਕੱਲਾ ਬੁੱਲੇ ਨਾਲ ਅੱਲਾ ਜਿਸ ਦਿਨ ਤੈਨੂੰ ਇਹ ਪਤਾ ਲੱਗ ਗਿਆ ਮੂਲ ਰੂਪ ਹੋ ਕੇ ਪਰਮਾਤਮਾ ਹਰ ਵਕਤ ਮੇਰੇ ਨਾਲ ਹੈ ਫਿਰ ਤੇਰਾ ਭੈ ਤੇਰਾ ਡਰ ਇਹ ਵੀ ਖਤਮ ਹੋ ਜਾਏਗਾ ਕਹਿਣ ਲੱਗੇ ਸਭ ਤੋਂ ਪਹਿਲੀ ਰੱਬ ਦੀ ਹਰ ਇੱਕ ਵਿੱਚ ਰਹਿਣ ਦੀ ਸਮਾਏ ਜਾਣ ਦੀ ਜਿਹੜਾ ਸੁਭਾਅ ਹੈ ਨਾ ਉਸ ਨੂੰ ਜਾਣ ਕੇ ਵਿਸ਼ਵਾਸ ਕਰ ਇਹ ਪਹਿਲੀ ਨਿਸ਼ਾਨੀ ਹੈ ਮੇਰੇ ਰੱਬ ਦੀ ਗੁਰੂ ਕਹਿੰਦੇ ਤੂੰ ਆਪ ਪੁਰਖ ਅਪਰੰਪਰ ਕਰਤਾ ਚੀਜ਼ ਦਾ ਕੋਈ ਮੂਲ ਹੁੰਦਾ ਤਾਂ ਆਪਣਾ ਮੂਲ ਪਛਾਣ ਲਫ਼ਜ਼ ਕਿਉਂ ਆਇਆ ਇਹਨੇ ਸਾਨੂੰ ਆਉਣ ਵਾਲੇ ਹਫ਼ਤੇ ਦਾ ਇੱਕ ਸਬਜੈਕਟ ਦੇਖਣਾ ਕਿਉਂਕਿ ਇਹਦਾ ਮਤਲਬ ਮੂਲ ਵੱਖ ਵੱਖ ਨੇ ਆਪਣਾ ਮੂਲ ਪਛਾਣ ਗੁਰੂ ਨੇ ਇਸੇ ਵੀ ਮਨ ਵਿੱਚ ਕਹਿ ਦਿੱਤਾ ਕਹਿਣ ਲੱਗੇ ਕੁਛ ਲੋਕ ਨੇ ਮੂਰਖ ਦੁਬਦਾ ਪੜ੍ਹੇ
ਮੂਲ ਨਾ ਪਛਾਣੇ ਗੁਰਬਾਣੀ ਮੂਰਖ ਦੁਬਦਾ ਪੜ੍ਹੇ ਮੂਲ ਨਾ ਪਛਾਣੇ ਮਿੱਥਾ ਜਨਮ ਗਵਾਇਆ ਮੂਲ ਬਿਨਾਂ ਸ਼ਾਖਾ ਕਥਾ ਹੈ ਹਰ ਇੱਕ ਦਰਖਤ ਦਾ ਹਰ ਇੱਕ ਬੂਟੇ ਦਾ ਮੂਲ ਵੱਖਰਾ ਹੈ ਇਸ ਲਈ ਤੈਨੂੰ ਇਹ ਪ੍ਰੇਰਨਾ ਹੈ ਕਿ ਤੂੰ ਆਪਣਾ ਮੂਲ ਪਛਾਣ ਬਸ ਹੁਣ ਆਪਣਾ ਆਉਣ ਵਾਲੇ ਹਫ਼ਤੇ ਵਿੱਚ ਇਹ ਦੇਖਣਾ ਹੈ ਉਹ ਆਪਣਾ ਮੂਲ ਕੀ ਹੈ ਅਤੇ ਅਸੀਂ ਉਹਨੂੰ ਆਪਣਾ ਮੂਲ ਕਿਵੇਂ ਆਖੀਏ ਕਿਵੇਂ ਸਮਝੀਏ ਇਹਨਾਂ ਸ਼ਬਦਾਂ ਦਾ ਸੰਬੰਧ ਆ ਚੁੱਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਰਾਮ ਕਲੀ ਮਹਲਾ ਤੀਜਾ ਆਨੰਦ ਕਿਉਂ ਕਾ ਸਤਿ ਪ੍ਰਸਾਦ ਆਨੰਦ ਭਇਆ ਮੇਰੀ ਮਾਂ।